ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਸਵਾਗਤ ਹੈ ਜੀ ਆਪਣੇ ਜਿਹੜੇ ਹੈਗੇ ਆ ਯੂਟਿਊਬ ਚੈਨਲ ਸਟੱਡੀ ਕੋਰਨਰ ਕੇ ਬਰਾੜ ਦੇ। ਅੱਜ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜਿਹੜੇ ਹੈਗੇ ਆ ਜੋਗਰਾਫੀ ਦਾ ਫਸਟ ਲੈਸਨ ਇਨਵਾਇਰਮੈਂਟ ਜਿਹੜਾ ਹੈਗਾ ਕਰਨ ਜਾ ਰਹੇ ਹਾਂ। ਇਨਵਾਇਰਮੈਂਟ, ਇਨਵਾਇਰਮੈਂਟ ਦਾ ਮਤਲਬ ਕੀ ਹੈ ਜੀ? ਜਿਹੜਾ ਸਾਡਾ ਆਲਾ ਦੁਆਲਾ, ਜੇਕਰ ਅਸੀਂ ਗੱਲ ਕਰੀਏ ਸਾਡੀ ਧਰਤੀ 'ਤੇ ਬਹੁਤ ਸਾਰੀਆਂ ਅਨੇਕਾਂ ਕੁਦਰਤੀ ਸ਼ਕਤੀਆਂ ਨੇ ਅਤੇ ਇਹ ਜਿਹੜੀਆਂ ਹੈਗੀਆਂ ਹਰ ਜਗ੍ਹਾ ਅਲੱਗ ਅਲੱਗ ਹੁੰਦੀਆਂ ਨੇ। ਮਤਲਬ ਇਨਵਾਇਰਮੈਂਟ ਹੀ ਲਾ ਸਕਦੇ, ਸਾਡਾ ਜਿਹੜਾ ਹੈਗਾ ਹਰ ਜਗ੍ਹਾ ਅਲੱਗ ਅਲੱਗ ਹੁੰਦਾ ਹੈ ਅਤੇ ਸਾਡੇ ਮਨੁੱਖ ਦਾ ਜਿਹੜਾ ਹੈਗਾ ਆਲੇ ਦੁਆਲੇ ਨਾਲ ਸੰਬੰਧ ਜਿਹੜਾ ਹੈਗਾ ਇੱਕੋ ਜਿਹਾ ਨਹੀਂ ਹੁੰਦਾ। ਵਾਤਾਵਰਨ ਦੇ ਜਿਹੜੇ ਮੇਨ ਤੱਤ ਆ ਧਰਾਤਲ, ਤਾਪਮਾਨ ਅਤੇ ਵਰਖਾ, ਇਹ ਜਿਹੜੇ ਹੈਗੇ ਆ ਹਰ ਜਗ੍ਹਾ 'ਤੇ ਇੱਕੋ ਜਿਹੇ ਨਹੀਂ ਹੁੰਦੇ। ਇਸ ਕਰਕੇ ਹੀ ਹਰ ਜਗ੍ਹਾ 'ਤੇ ਬਨਸਪਤੀ ਯਾਨੀ ਕਿ ਵੈਜੀਟੇਸ਼ਨ, ਜੀਵ ਜੰਤੂ ਅਤੇ ਜਿਹੜੀ ਹੈਗੀ ਆ ਧਰਤੀ 'ਤੇ ਜਿਹੜੀ ਕ੍ਰੋਪਸ ਵਗੈਰਾ ਗਰੋ ਕਰਦੇ ਆ ਉਹ ਵੀ ਵੱਖੋ ਵੱਖਰੀਆਂ ਹੋ ਜਾਂਦੀਆਂ ਨੇ। ਇਹ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਕਰਕੇ ਹੀ ਮਨੁੱਖਾਂ ਦੇ ਜਿਹੜੇ ਕੰਮ ਧੰਦੇ ਵੀ ਬਦਲ ਜਾਂਦੇ ਆ। ਜਿਵੇਂ ਮਹਾਂਦੀਪਾਂ 'ਤੇ ਰਹਿਣ ਵਾਲੇ ਮਨੁੱਖ ਜਿਹੜੇ ਆਮ ਤੌਰ 'ਤੇ ਐਗਰੀਕਲਚਰ ਕਰਦੇ ਆ, ਪਸ਼ੂ ਪਾਲਣ ਦਾ ਕੰਮ ਕਰਦੇ ਆ ਜਾਂ ਜੰਗਲਾਂ ਨਾਲ ਸੰਬੰਧਿਤ ਕੋਈ ਵੀ ਕੰਮ ਧੰਦੇ ਕਰਦੇ ਆ, ਅਤੇ ਸਮੁੰਦਰ ਕੰਢੇ ਜਿਹੜੇ ਰਹਿੰਦੇ ਆ ਉਹ ਆਮ ਤੌਰ 'ਤੇ ਜਿਹੜਾ ਹੈਗਾ ਮੱਛੀਆਂ ਵਗੈਰਾ ਫੜਨ ਦਾ ਕੰਮ ਕਰਦੇ ਆ। ਧਰਤੀ, ਪਾਣੀ ਅਤੇ ਜਲਵਾਯੂ, ਇਹ ਜਿਹੜਾ ਹੈਗਾ ਜੀ ਇੱਕ ਵਿਸ਼ੇਸ਼ ਜੀਵ ਜਗਤ ਅਤੇ ਪੇੜ ਪੌਦੇ ਆ, ਮਤਲਬ ਕਿ ਬਾਇਓਸਪੇਅਰ ਦੇ ਲਈ ਇਹ ਚੀਜ਼ ਜ਼ਰੂਰੀ ਹੈ। ਜਿਹੜਾ ਮਨੁੱਖ ਵਾਂਗ ਕੀ ਹੈ ਪੇੜ ਪੌਦੇ ਅਤੇ ਜੀਵਨ, ਇਹ ਵੀ ਜਿਹੜਾ ਹੈਗਾ ਆਪਣੇ ਇਨਵਾਇਰਮੈਂਟ 'ਤੇ ਹੀ ਡਿਪੈਂਡ ਹੁੰਦੇ ਆ, ਜਿਸ ਨੂੰ ਅਸੀਂ ਹੈਬੀਟੇਟ ਕਹਿੰਦੇ ਹਾਂ। ਧਰਤੀ 'ਤੇ ਜਿਹੜੇ ਹੈਗੇ ਆ ਜੀ ਇਕੁਏਟਰ ਦੇ ਨੇੜੇ ਜਿਹੜੇ ਹੈਗੇ ਆ ਬਹੁਤ ਹੀ ਜ਼ਿਆਦਾ ਸੰਘਣੇ ਜੰਗਲ ਨੇ, ਪਰ ਇਹਨਾਂ ਜੰਗਲਾਂ 'ਚ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਕਹਿੰਦੇ ਘਾਹ ਹੀ ਉੱਗਦਾ ਹੈ। ਅਤੇ ਦੈਨ ਜੇਕਰ ਗੱਲ ਕਰੀਏ ਪੋਲਰ ਏਰੀਆ ਜਿਹੜਾ ਹੈਗਾ ਅਰਥ ਦਾ, ਉੱਥੇ ਮੇਨਲੀ ਜਿਹੜਾ ਹੈਗਾ ਜ਼ਿਆਦਾਤਰ ਸਾਰਾ ਸਾਲ ਹੀ ਜਿਵੇਂ ਆਪਾਂ ਕਹਿੰਦੇ ਹਾਂ ਬਰਫ਼ ਨਾਲ ਢੱਕੇ ਰਹਿੰਦੇ ਆ, ਅਤੇ ਇੱਥੇ ਜਿਹੜੀ ਹੈਗੀ ਕੋਈ ਵੈਜੀਟੇਸ਼ਨ ਵਗੈਰਾ ਨਹੀਂ ਹੁੰਦੀ। ਇਸੇ ਕਰਕੇ ਇੱਥੇ ਜਿਹੜੇ ਹੈਗੇ ਆ ਨਾ ਤਾਂ ਮਨੁੱਖ ਹੈਗੇ ਆ ਅਤੇ ਨਾ ਹੀ ਇੱਥੇ ਕੋਈ ਵੈਜੀਟੇਸ਼ਨ ਹੁੰਦੀ ਹੈ। ਅਤੇ ਅੱਗੇ ਗੱਲ ਕਰੀਏ ਜੀ ਜਿਹੜੀ ਹੈਗੀ ਆ ਭੂਮੀ, ਪਾਣੀ, ਹਵਾ ਅਤੇ ਜਿਹੜੀ ਸੂਰਜ ਦੀ ਗਰਮੀ, ਇਹ ਧਰਤੀ 'ਤੇ ਹਰ ਪ੍ਰਕਾਰ ਦੀ ਜਿਵੇਂ ਆਪਾਂ ਕਹਿੰਦੇ ਜੀਵ ਜੰਤੂ ਨੂੰ ਜਨਮ ਦਿੰਦੀ ਹੈ। ਵੀ ਇਹਨਾਂ ਕਰਕੇ ਹੀ ਜਿਉਣਾ ਜਾਂ ਜੀਵਨ ਸੰਭਵ ਹੈ ਧਰਤੀ 'ਤੇ। ਇਹਨਾਂ ਸਾਰਿਆਂ ਦਾ ਆਪਸੀ ਤਾਲਮੇਲ ਜਿਹੜਾ ਹੈਗਾ ਇਹਦੇ ਕਰਕੇ ਹੀ ਜਿਹੜਾ ਹੈਗਾ ਬਾਇਓਸਪੇਅਰ ਬਣਦੀ ਹੈ। ਇਸ ਨੂੰ ਅਸੀਂ ਕੀ ਕਹਿੰਦੇ ਹਾਂ ਜੀ ਜੀਵ ਮੰਡਲ ਜਾਂ ਬਾਇਓਸਪੇਅਰ। ਜੇਕਰ ਗੱਲ ਕਰੀਏ ਜੀ ਕਿਸੇ ਵੀ ਜਿਹੜਾ ਹੈਗਾ ਜੀਵ ਮੰਡਲ ਅਤੇ ਉੱਥੋਂ ਦਾ ਜਿਹੜਾ ਹੈਗਾ ਨੈਚੁਰਲ ਇਨਵਾਇਰਮੈਂਟ, ਉਹਨਾਂ ਨੂੰ ਜਿਹੜਾ ਅਸੀਂ ਕਹਿੰਦੇ ਹੈਗੇ ਉਹਨਾਂ ਦੀ ਕਲੈਕਟਿਵ ਬੇਸ 'ਤੇ ਉਹਨਾਂ ਨੂੰ ਇਕੋਲੋਜੀ ਕਿਹਾ ਜਾਂਦਾ। ਨੈਕਸਟ ਜੀ ਤਾਂ ਚੇਂਜਿੰਗ ਇਨਵਾਇਰਮੈਂਟ, ਜਿਹੜਾ ਹੈਗਾ ਇਨਵਾਇਰਮੈਂਟ ਜੀ ਉਹ ਕੀ ਆ ਹਮੇਸ਼ਾ ਚੇਂਜ ਹੁੰਦਾ ਰਹਿੰਦਾ ਹੈ, ਉਹ ਹਮੇਸ਼ਾ ਇੱਕੋ ਜਿਹਾ ਨਹੀਂ ਹੁੰਦਾ। ਅਤੇ ਮੇਨਲੀ ਜਿਹੜੇ ਚੇਂਜਸ ਹੁੰਦੇ ਆ ਇਹ ਦੋ ਤਰੀਕਿਆਂ ਨਾਲ ਆਉਂਦੇ ਆ, ਇੱਕ ਹੁੰਦਾ ਜੀ ਸਲੋਲੀ, ਦੈਨ ਹੈ ਸਡਨਲੀ। ਜਿਹੜਾ ਸਲੋਲੀ ਚੇਂਜਸ ਹੈਗੇ ਆ ਉਹ ਕੀ ਆ ਜੀ ਅਰਥ ਦੇ ਡੀਗ੍ਰੇਸ਼ਨ ਪ੍ਰੋਸੈਸ ਰਾਹੀਂ ਹੁੰਦੇ ਆ। ਮਤਲਬ ਕੀ ਹੈ, ਇਰੋਜ਼ਨ ਏਜੈਂਟਸ ਜਿਹੜੇ ਕਿ ਜਿਵੇਂ ਲੇਕ, ਰਿਵਰ, ਗਲੇਸ਼ੀਅਰ, ਵਿੰਡ, ਓਸ਼ੀਅਨ ਵੈਦਰਿੰਗ ਜਿਹੜੇ ਹੈਗੇ ਆ ਇਹਨਾਂ ਕਰਕੇ ਜਿਹੜਾ ਹੈਗਾ ਸਡਨਲੀ ਚੇਂਜਸ ਆਉਂਦੇ ਆ। ਦੈਨ ਜੇਕਰ ਗੱਲ ਕਰੀਏ ਜੀ ਜਿਹੜੇ ਹੈਗੇ ਦੂਸਰੇ ਚੇਂਜਸ ਜਿਹੜੇ ਹੈਗੇ ਆ ਮਤਲਬ ਕੀ ਆ ਫਾਸਟ ਜਿਹੜੇ ਹੈਗੇ ਆ ਉਹ ਚੇਂਜਸ ਜਿਹੜੇ ਹੈਗੇ ਆ ਉਹ ਕੀ ਆ ਫੋਲਡਿੰਗ ਅਤੇ ਫਲੰਟਿੰਗ, ਅਰਥ ਦੇ ਸਰਫੇਸ ਦੇ ਫੋਲਡਿੰਗ ਅਤੇ ਫਲੰਟ ਦੇ ਨਾਲ ਆਉਂਦੇ ਆ। ਮੀਨਸ ਜਦੋਂ ਕੀ ਆ ਜਿਹੜੀ ਅਰਥ ਹੈਗੀ ਆ ਉਹ ਜਾਂ ਤਾਂ ਉਭਾਰੀ ਮਤਲਬ ਉੱਪਰ ਨੂੰ ਉੱਭਰਦੀ ਹੈ ਜਾਂ ਨੀਚੇ ਨੂੰ ਜਿਹੜੀ ਹੈਗੀ ਆ ਗਿਰਾਵਟ ਰੱਖਦੀ ਆ, ਉਹਦੇ ਨਾਲ ਜਿਹੜੇ ਹੈਗਾ ਜਿਹੜੀ ਅਚਾਨਕ ਜਿਹੜੇ ਚੇਂਜਸ ਆਉਂਦੇ ਆ। ਅਤੇ ਜੇਕਰ ਅੱਗੇ ਗੱਲ ਕਰੀਏ ਜੀ ਧਰਤੀ 'ਚ ਜਿਹੜੀਆਂ ਹੈਗੀਆਂ ਇਹ ਆਮ ਤੌਰ 'ਤੇ ਚੇਂਜਸ ਆਉਂਦੇ ਹੀ ਰਹਿੰਦੇ ਆ। ਧਰਤੀ ਜਿਹੜੀ ਪਹਿਲਾਂ ਜਿਹੜੀ ਹੈਗੀ ਸੀਗੀ ਉਹ ਵੀ ਜਿਹੜੀ ਹੁਣ ਵਾਂਗੂ ਜਿਹੜੀ ਫੋਰਮ ਹੈਗੀ ਆ ਧਰਤੀ ਦੀ ਇਹ ਸੇਮ ਨਹੀਂ ਸੀ। ਪਹਿਲਾਂ ਕੀ ਸੀ ਜੀ ਇਕੱਲੀਏ ਗੈਸੀਅਸ ਜਿਹੜਾ ਹੈਗਾ ਸੀਗਾ ਸਿਸਟਮ ਸੀ, ਕਿ ਗੈਸੀਅਸ ਤੋਂ ਹੌਲੀ ਹੌਲੀ ਮੋਲਟਨ ਜਿਹੜੀ ਹੈਗੀ ਆ ਸਟੇਜ ਦੇ ਵਿੱਚ ਆਈ, ਦੈਨ ਕੀ ਆ ਹੌਲੀ ਹੌਲੀ ਇਹ ਹੋਰ ਠੰਡੀ ਹੁੰਦੀ ਗਈ ਅਤੇ ਇੱਕ ਸੋਲਿਡ ਫੋਰਮ ਮਤਲਬ ਕੀ ਆ ਧਰਤੀ ਜਿਵੇਂ ਕਿ ਆਪਾਂ ਕਹਿੰਦੇ ਜ਼ਮੀਨੀ ਸਿਸਟਮ ਜਾਂ ਥਲ ਠੋਸ ਰੂਪ 'ਚ ਆ ਗਈ। ਇਹ ਜਿਹੜਾ ਹੈਗਾ ਚੇਂਜ ਜਿਹੜਾ ਹੈਗਾ ਅਚਾਨਕ ਨਹੀਂ ਆਇਆ, ਇਹ ਸਲੋਲੀ ਚੇਂਜਸ ਦੇ ਵਿੱਚ ਹੈ। ਜਿਹੜਾ ਗੈਸੀਅਸ ਐਲੀਮੈਂਟ ਸੀਗਾ ਜੀ ਉਹ ਕੀ ਹੈ ਬਣ ਗਿਆ ਐਟਮੋਸਫੀਅਰ, ਯਾਨੀ ਕਿ ਉਹ ਵਾਯੂਮੰਡਲ ਬਣ ਗਿਆ। ਦੈਨ ਜਿਹੜਾ ਪਾਣੀ ਸੀਗਾ ਵਾਟਰ ਉਹ ਮੇਨਲੀ ਕੀ ਆ ਓਸ਼ੀਅਨ ਦੇ ਰੂਪ ਵਿੱਚ ਆ ਗਿਆ। ਅਤੇ ਸੋਲਿਡ ਐਲੀਮੈਂਟ ਜਿਹੜੀ ਸੀ ਉਹ ਲਿਥੋਸਫੀਅਰ ਯਾਨੀ ਕਿ ਥਲ ਮੰਡਲ ਜ਼ਮੀਨੀ ਭਾਗ ਬਣ ਗਿਆ। ਜਿਹੜੇ ਹੈਗੇ ਸੀ ਹਿਊਮਨ ਬੀਂਗਸ ਹੈ ਉਹਨਾਂ ਨੇ ਕੀ ਆ ਜਿਹੜਾ ਹੈਗਾ ਅਰਥ ਦੀ ਸਰਫੇਸ 'ਤੇ ਬਹੁਤ ਸਾਰੇ ਚੇਂਜਸ ਲਿਆਂਦੇ। ਉਹਨਾਂ ਨੇ ਜਿਹੜੇ ਸੀਗੇ ਜੰਗਲਾਂ ਨੂੰ ਕੱਟਿਆ, ਦੈਨ ਕੀ ਆ ਜੀ ਇੱਥੇ ਜਿਹੜੀ ਜਗ੍ਹਾ ਸੀਗੀ ਉਹਨੂੰ ਡਿਵੈਲਪ ਕੀਤਾ, ਆਪਦੇ ਐਗਰੀਕਲਚਰ ਲਈ ਯੂਜ਼ ਕੀਤਾ, ਆਪਦੇ ਰਹਿਣ ਲਈ ਸਿਟੀਜ਼ ਜਿਹੜੀਆਂ ਬਣਾਈਆਂ। ਦੈਨ ਕੀ ਹੈ ਜੀ ਮਾਊਂਟੇਨ ਜਿਹੜੀਆਂ ਹੈਗੀਆਂ ਜਾਂ ਰਿਵਰ ਸੀਗੀਆਂ ਹਰ ਕਿਸੇ ਨੂੰ ਮਤਲਬ ਆਪਦੇ ਅਕੋਰਡਿੰਗ ਢਾਲ ਲਿਆ। ਰਿਵਰ ਜਿਹੜਾ ਹੈਗਾ ਸੀਗਾ ਜਾਂ ਨਹਿਰਾਂ ਦੀ ਪਟਾਈ ਕੀਤੀ, ਕਈ ਜਿਹੜੇ ਹੈਗੇ ਸੀਗੇ ਸਾਡੇ ਖੁਸ਼ਕ ਇਲਾਕੇ ਸੀ ਉੱਥੇ ਜਿਹੜਾ ਹੈਗਾ ਨਹਿਰਾਂ ਜਿਹੜੀਆਂ ਪੱਟ ਕੇ ਉੱਥੇ ਜਿਹੜਾ ਹੈਗਾ ਪਾਣੀ ਦਾ ਅਰੇਂਜ ਕੀਤਾ। ਅਤੇ ਹੁਣ ਸ਼ਾਇਦ ਕੋਈ ਐਵੇਂ ਦੀ ਜਗ੍ਹਾ ਹੋਵੇ ਜਿੱਥੇ ਕੀ ਆ ਜਿਹੜੀ ਬੰਜਰ ਜ਼ਮੀਨ ਹੋਏਗੀ। ਦੈਨ ਜੇਕਰ ਗੱਲ ਕਰੀਏ ਅੱਗੇ
ਇਹਦੇ ਨਾਲ ਨਾਲ ਜਿਹੜਾ ਹੈਗਾ ਜੀ ਮਿਨਰਲ ਅਤੇ ਜਿਹੜੀ ਹੈਗੀ ਆ ਇੰਡਸਟਰੀ ਦਾ ਜਿਹੜਾ ਹੈਗਾ ਡਿਵੈਲਪਮੈਂਟ ਵੀ ਜਿਹੜਾ ਹਿਊਮਨਸ ਨੇ ਕੀਤਾ। ਅਤੇ ਜੇ ਇੰਨੀ ਡਿਵੈਲਪਮੈਂਟ ਹੋਈ ਤਾਂ ਇਹਦੇ ਨਾਲ ਨਾਲ ਜਿਹੜਾ ਹੈਗਾ ਸਾਡੀ ਅਰਥ 'ਤੇ ਬਹੁਤ ਸਾਰੇ ਚੇਂਜਸ ਵੀ ਆਏ। ਇਸੇ ਕਰਕੇ ਜੇਕਰ ਅਸੀਂ ਕਹਾਂਗੇ ਵੀ ਜਿਹੜਾ ਹੈਗਾ ਨੇਚਰ ਅਤੇ ਹਿਊਮਨ ਦੇ ਵਿੱਚ ਬਹੁਤ ਜ਼ਿਆਦਾ ਕਲੋਜ਼ਲੀ ਰਿਲੇਸ਼ਨਸ਼ਿਪ ਹੈ, ਕਿਉਂਕਿ ਜੇਕਰ ਅਸੀਂ ਗੱਲ ਕਰੀਏ ਜਿਵੇਂ ਅਸੀਂ ਅੱਜ ਹੈਗੇ ਹਾਂ ਸਿਵਲਾਈਜ਼ਡ ਹੈਗੇ ਹਾਂ ਜਾਂ ਜਿਵੇਂ ਦਾ ਅੱਜ ਸਾਡੀ ਡਿਵੈਲਪਮੈਂਟ ਹੈਗੀ ਹੈ, ਇਕੱਲੀ ਨੇਚਰ ਦੇ ਨਾਲ ਨਹੀਂ ਹੈ, ਇਹਦੇ ਵਿੱਚ ਜਿਹੜਾ ਹੈਗਾ ਹਿਊਮਨਸ ਦੀ ਜਿਹੜੀ ਹੈਗੀ ਹੈ ਕੋਆਰਡੀਨੇਸ਼ਨ ਬਹੁਤ ਹੱਦ ਤੱਕ ਹੈ। ਹਾਂਜੀ, ਨੈਕਸਟ ਹੈਗਾ ਜੀ ਐਲੀਮੈਂਟਸ ਆਫ ਦਾ ਇਨਵਾਇਰਮੈਂਟ। ਜੇਕਰ ਅਸੀਂ ਟੋਟਲ ਇਨਵਾਇਰਮੈਂਟ ਨੂੰ ਸਮਝਣਾ ਤਾਂ ਸਾਨੂੰ ਜਿਹੜਾ ਹੈਗਾ ਇਹਦੇ ਮੇਨਲੀ ਜਿਹੜੀਆਂ ਸਪੇਅਰਸ ਬਾਰੇ ਵੀ ਸਮਝਣਾ ਪਏਗਾ। ਇਹਦੇ ਵਿੱਚ ਮੇਨਲੀ ਜਿਹੜੀਆਂ ਹੈਗੀਆਂ ਸਪੇਅਰਸ ਹੈਗੀਆਂ ਉਹ ਐਟਮੋਸਫੇਅਰ, ਲਿਥੋਸਫੇਅਰ ਐਂਡ ਹਾਈਡਰੋਸਫੇਅਰ ਹੈ। ਜੇਕਰ ਅਸੀਂ ਇਹਨਾਂ ਬਾਰੇ ਡਿਟੇਲ 'ਚ ਪੜ੍ਹਦੇ ਹਾਂ ਤਾਂ ਹੀ ਅਸੀਂ ਇਨਵਾਇਰਮੈਂਟ ਨੂੰ ਡੀਪਲੀ ਸਮਝ ਸਕਾਂਗੇ। ਵੈਸੇ ਤੁਸੀਂ ਇਸ ਬਾਰੇ ਜਿਹੜਾ ਹੈਗਾ 6th ਕਲਾਸ ਦੇ ਵਿੱਚ ਵੀ ਪੜ੍ਹਿਆ ਸੀ। ਹਾਂਜੀ, ਜਿਹੜਾ ਆਪਾਂ ਇਹਨਾਂ ਬਾਰੇ ਜਿਹੜਾ ਹੈਗਾ ਅੱਗੇ ਡੀਪਲੀ ਜਿਹੜਾ ਹੈਗਾ ਉਹ ਨੈਕਸਟ ਟੋਪਿਕ ਨੈਕਸਟ ਸੈਸ਼ਨ ਦੇ ਵਿੱਚ ਪੜ੍ਹਾਂਗੇ। ਓਕੇ ਜੀ, ਥੈਂਕ ਯੂ।